ਸਾਡੇ ਚੈਨਲ ਵਿੱਚ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਚੱਲੇ ਹਾਂ ਜੀ ਸੀਟ ਲਵਾਉਣ। ਜਿਵੇਂ ਕਿ ਤੁਸੀਂ ਪਹਿਲੇ ਵੀਡੀਓ ਵਿੱਚ ਦੇਖ ਹੀ ਲਿਆ, ਪਾਰਟ 1 ਵਿੱਚ ਅਸੀਂ ਸੀਟ ਕਿਸ ਤਰ੍ਹਾਂ ਖਰੀਦੀ, ਤੁਸੀਂ ਵੀ ਖਰੀਦ ਸਕਦੇ। ਅਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਫਿੱਟ ਕਰਾਈ। ਇਹ ਅਸੀਂ ਆਪਣੇ ਪਿੰਡ ਹੀ ਬੈਲਡਿੰਗ ਵਾਲੇ ਤੋਂ ਫਿੱਟ ਕਰਾਈ ਦੱਸ ਦੱਸ ਕੇ, ਤੁਸੀਂ ਵੀ ਕਰਵਾ ਸਕਦੇ। ਦੇਖੋ ਫਿਰ ਵੀਡੀਓ ਦੇ ਵਿੱਚ। ਸਾਰਿਆਂ ਦੇ ਪਹਿਲਾਂ ਅਸੀਂ ਆਹ ਪੁਰਾਣੀ ਸੀਟ ਦੇ 3 ਨਟ ਹੁੰਦੇ, 3 ਨਟ ਖੋਲ੍ਹ ਕੇ ਫਿਰ ਅਸੀਂ ਤੁਹਾਨੂੰ ਅੱਗੇ ਦੱਸਦੇ। ਇਹੀ ਪਲੇਟ 'ਤੇ ਅਸੀਂ ਬੈਲਡਿੰਗ ਕਰਾਉਣੀ ਸੀਟ। ਇੱਧਰ ਪਈ ਆ ਕਾਰ ਦੀ ਸੀਟ, ਅਤੇ ਤੁਹਾਨੂੰ ਦੱਸ ਦਿਆਂ ਕਿੱਦਾਂ ਫਿੱਟ ਕੀਤੀ। ਲਓ ਜੀ ਸੀਟ ਖੋਲ੍ਹਤੀ, ਅਤੇ ਹੁਣ ਆਹ ਥੱਲੇ ਵਾਲੀ ਪਲੇਟ ਕੱਢ ਲਈ ਸੀਟ ਦੀ, ਜਿਹੜੀ ਥੱਲੇ ਪਲੇਟ ਹੁੰਦੀ। ਮਿਸਤਰੀ ਸਾਹਿਬ ਹੁਣ ਮਿਣ ਕੇ ਐਂਗਲ ਵੱਢ ਕੇ ਸਹੀ ਢੰਗ ਨਾਲ ਬੈਲਡਿੰਗ ਕਰਨਗੇ। ਅਤੇ ਦੇਖੀ ਉਹ ਵੀਡੀਓ ਦੇ ਵਿੱਚ ਥੋੜ੍ਹਾ ਜਿਹਾ ਰੋਲਾ ਆਇਆ ਇੱਥੇ, ਕਟਰ ਕੁਟਰ ਚੱਲਦੇ। ਅਤੇ ਹੁਣ ਮੈਂ ਥੋੜ੍ਹਾ ਜਿਹਾ ਟਾਈਮ ਰੈਪ ਲਾ ਦੂੰਗਾ, ਟਾਈਮ ਰੈਪ ਤੋਂ ਤੁਸੀਂ ਦੇਖ ਲਿਓ, ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਣੀ। ਦੇਖੋ ਮਿਸਤਰੀ ਸਾਹਿਬ ਕਿੱਦਾਂ ਪੂਰਾ ਮਿਣ ਕੇ ਐਨ ਲੈਵਲਿੰਗ ਨਾਲ ਕਰਕੇ ਫਿਰ ਲਾ ਰਹੇ, ਕਿਉਂਕਿ ਨਹੀਂ ਤਾਂ ਉੱਚੀ ਨਹੀਂ ਹੋ ਸਕਦੀ। ਐਨ ਪੂਰੀ ਲੈਵਲ 'ਤੇ ਲਵਾਇਓ ਜੇ ਤੁਸੀਂ ਵੀ ਲਵਾਉਣੀ। ਵੀਡੀਓ ਦੇਖ ਲਓ ਤੁਸੀਂ ਫਿਰ ਸਵਾਰ ਕੇ ਜਿਵੇਂ ਵੀਰੇ ਦੀ ਇਹ ਇੱਧਰਲੀ ਸਾਈਡ ਤੋਂ ਗੱਡੀ ਦੀ ਸੀਟ ਨੀਵੀਂ ਹੁੰਦੀ ਕਿਉਂਕਿ ਇੱਧਰ ਚੈਸੀ ਹੁੰਦੀ, ਇਸ ਕਰਕੇ 2-2 ਇੰਚੀ ਦੇ ਪੈਪ ਲਗਾ ਤੇ ਅਤੇ ਹੁਣ ਬੈਲਡਿੰਗ ਕਰਕੇ ਬੈਲੈਂਸ ਬਣਾ ਕੇ ਲਾ ਤੀ।
ਲਵਾ ਕੇ ਫਿਰ ਬੈਲੈਂਸ ਕਰਕੇ ਆਈਦਾ ਫਿਰ ਲਾਈ ਬਾਕੀ ਇੱਧਰ ਤੋਂ ਵੀ ਤੁਹਾਨੂੰ ਚੈੱਕ ਕਰ ਧੰਨਵਾਦ ਸਬਸਕ੍ਰਾਈਬ ਕਰ ਦਿਓ ਜੀ ਨਾਲੇ ਲਾਈਕ ਵੀ ਕਰ ਦਿਆ ਕਰੋ।